ਮੈਂ ਆਪਣੀ ਸਟੱਡੀ ਐੱਮ ਕੌਮ 2020 ਵਿੱਚ ਪੂਰੀ ਕੀਤੀ ਸੀ। ਉਸ ਤੋਂ ਬਾਅਦ ਮੈਂ ਗਵਰਨਮੈਂਟ ਜੋਬ ਦੇ ਲਈ ਸਰਚ ਕਰ ਰਹੀ ਸੀ ਕਾਫੀ ਟਾਈਮ ਤੋਂ, ਪਰ ਮੈਨੂੰ ਕੋਈ ਵੀ ਗਵਰਨਮੈਂਟ ਜੋਬ ਵਧੀਆ ਨਹੀਂ ਮਿਲੀ। ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਉਹ ਓਪਰਚੁਨਿਟੀ ਮਿਲ ਪਾਏਗੀ, ਕਿਉਂਕਿ ਨਾ ਤਾਂ ਇੱਥੇ ਸੈਲਰੀ ਹੈ ਨਾ ਹੀ ਗਵਰਨਮੈਂਟ ਜੋਬ। ਬੇਰੁਜ਼ਗਾਰੀ ਪੰਜਾਬ ਦਾ ਇੱਕ ਅਹਿਮ ਮੁੱਦਾ ਹੈ। ਇਸ ਵਿੱਚੋਂ ਵੱਡੀ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਦੀ ਹੈ ਜੋ ਜ਼ਿਆਦਾਤਰ ਸਰਕਾਰੀ ਨੌਕਰੀ ਚਾਹੁੰਦੇ ਨੇ, ਪਰ ਜਦੋਂ ਯੋਗਤਾ ਦੇ ਮੁਤਾਬਕ ਨੌਕਰੀ ਨਹੀਂ ਮਿਲਦੀ ਤਾਂ ਉਹ ਦੂਜੇ ਦੇਸ਼ਾਂ ਦਾ ਰੁਖ ਕਰਦੇ ਨੇ। ਬਰਨਾਲਾ ਵਿਖੇ ਨੌਜਵਾਨਾਂ ਦੀ ਇਹ ਭੀੜ ਆਈਲੈਟਸ ਦਾ ਪੇਪਰ ਦੇਣ ਵਾਲਿਆਂ ਦੀ ਹੈ। ਵਿਦੇਸ਼ ਵਿੱਚ ਪੜ੍ਹਾਈ ਅਤੇ ਰਹਿਣ ਲਈ ਆਈਲੈਟਸ ਨੂੰ ਪਾਸ ਕਰਨਾ ਜ਼ਰੂਰੀ ਹੈ। ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਆਈਲੈਟਸ ਦਾ ਪੇਪਰ ਹੀ ਆਪਣੇ ਚੰਗੇ ਭਵਿੱਖ ਦਾ ਇੱਕਮਾਤਰ ਸਹਾਰਾ ਨਜ਼ਰ ਆਉਣ ਲੱਗਾ ਹੈ। ਮੇਰੇ ਦੋ ਸਿਸਟਰ ਨੇ ਡਬਲ ਐੱਮਏ ਕਰੀ ਹੋਈ ਹੈ, ਦੋਨਾਂ ਨੇ 5-5 ਹਜ਼ਾਰ ਤੇ ਸਕੂਲ 'ਚ ਨੌਕਰੀ ਕਰਦੇ ਨੇ। ਉਰੇ ਜੇ ਕੁਆਲੀਫਿਕੇਸ਼ਨ ਹੈਗੀ ਆ ਸਭ ਤੋਂ ਵੱਧ ਆਪਣੇ ਪੰਜਾਬ 'ਚ, ਰੁਜ਼ਗਾਰ ਹੀ ਨਹੀਂ ਹੈਗਾ ਉਰੇ। ਰੁਜ਼ਗਾਰ ਮਿਲੇ ਤਾਂ ਲੋਕ ਬਾਹਰ ਨਹੀਂ ਜਾਣਗੇ, ਕਿਉਂਕਿ ਇਹਦਾ ਅਨਇੰਪਲੋਇਮੈਂਟ ਆ ਜਿਹੜੀ ਦਿਨੋਂ ਦਿਨ ਵੱਧ ਰਹੀ ਆ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਹੁਣ ਜਿਹੜੇ ਵਾਅਦੇ ਕਰ ਰਹੇ ਨੇਗੇ, ਸਰਕਾਰਾਂ ਕਰ ਰਹੀਆਂ ਨੇਗੀਆਂ, ਹੈ ਨਾ, ਉਹਨਾਂ ਦਾ ਕੋਈ ਸਲਿਊਸ਼ਨ ਤਾਂ ਮਿਲ ਨਹੀਂ ਰਿਹਾ, ਨਾ ਉਹ ਰੁਜ਼ਗਾਰ ਦੇ ਰਹੇ ਨੇ। ਉਹ ਕਾਗਜ਼ਾਂ 'ਚ ਤਾਂ ਦਿਖਾ ਰਹੇ ਨੇ ਵੀ ਇੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਪਰ ਰੀਅਲ ਲਾਈਫ 'ਚ ਕੁਛ ਵੀ ਨਹੀਂ ਮਿਲ ਰਿਹਾ ਜੀ। ਕੈਪਟਨ ਦੀ ਸਰਕਾਰ ਦੇ ਟਾਈਮ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਉਹ ਘਰ ਰੁਜ਼ਗਾਰ ਦੀ ਇੱਕ ਮੁਹਿੰਮ ਚਲਾਉਣਗੇ, ਜਿਸ ਦੇ ਨਾਲ ਹਰ ਫੈਮਿਲੀ ਦੇ ਵਿੱਚ ਇੱਕ ਬੰਦੇ ਨੂੰ ਗੌਰਮੈਂਟ ਜੋਬ ਮਿਲੇਗੀ। ਅਤੇ ਮੇਰੀ ਖੁਦ ਦੀ ਫੈਮਿਲੀ ਵਿੱਚ ਕਿਸੇ ਦੀ ਵੀ ਗੌਰਮੈਂਟ ਜੋਬ ਦੇ ਨਹੀਂ ਆ ਇਸ ਟਾਈਮ ਵੀ, ਮੈਂ ਖੁਦ ਵੀ ਪ੍ਰਾਈਵੇਟ ਜੋਬ ਕਰ ਰਹੀ ਹਾਂ ਜਿਸ ਦੇ ਨਾਲ ਮੈਂ ਸੈਟਿਸਫਾਈਡ ਨਹੀਂ ਹਾਂ। ਕਹਾਣੀ ਰਾਮਪੁਰਾ ਫੂਲ ਦੇ ਇੰਦਰਜੀਤ ਸਿੰਘ ਦੀ ਵੀ ਅਜਿਹੀ ਹੈ। ਇੰਦਰਜੀਤ ਪਾਵਰ ਲਿਫਟਿੰਗ ਦਾ ਕੌਮਾਂਤਰੀ ਪੱਧਰ ਦਾ ਖਿਡਾਰੀ ਹੈ। ਉਹ ਚਾਹੁੰਦਾ ਹੈ ਕਿ ਉਸਨੂੰ ਸਰਕਾਰੀ ਨੌਕਰੀ ਮਿਲੇ, ਜੋ ਕਿ ਅਜੇ ਤੱਕ ਉਸ ਨਾਲ ਹੋਏ ਵਾਅਦੇ ਮੁਤਾਬਕ ਉਸਨੂੰ ਨਹੀਂ ਮਿਲੀ। ਇਸ ਕਰਕੇ ਉਸਨੇ ਹੁਣ ਆਪਣੇ ਪਿਤਾ ਨਾਲ ਚਾਹ ਦੀ ਦੁਕਾਨ ਉੱਤੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਫੂਲ ਮਹਾਰਾਜ ਦਾ ਰਹਿਣ ਵਾਲਾ ਜੀ, ਜਿਹੜਾ ਕੈਪਟਨ ਦਾ ਜੱਦੀ ਪਿੰਡ ਹੈ ਜੀ। ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਉਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ DSP ਲਾਵਾਂਗੇ। ਮੈਂ ਬਹੁਤ ਵਾਰ ਮਿਲਿਆ ਜੀ, ਮੈਂ ਕਿਹਾ ਜੀ ਲਾ ਦਿਓ ਕਿੱਥੇ ਲਾਉਂਗੇ। ਮੈਂ ਕੋਂਸਟੇਬਲ ਹੀ ਲਾ ਦਿਓ ਜੀ, ਕੋਂਸਟੇਬਲ ਤੋਂ ਮੈਂ ਕਿਹਾ ਜੀ ਚਪੜਾਸੀ ਵੀ ਲਾ ਦਿਓ, ਪਰ ਚਪੜਾਸੀ ਵੀ ਨਹੀਂ ਲਾਇਆ ਜੀ। ਤਰਸ ਦੇ ਆਧਾਰ 'ਤੇ MLA ਦੇ ਮੁੰਡਿਆਂ ਨੂੰ, ਮੰਤਰੀਆਂ ਦੇ ਮੁੰਡਿਆਂ ਨੂੰ ਤਾਂ ਨੌਕਰੀਆਂ ਦੇ ਦਿੱਤੀਆਂ ਜੀ, ਪਰ ਸਾਨੂੰ ਕਾਬਲੀਅਤ ਦੇ ਆਧਾਰ 'ਤੇ ਵੀ ਨਹੀਂ ਮਿਲੀਆਂ ਜੀ। ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਸਮਝਣ ਲਈ ਸੂਬਾ ਸਰਕਾਰ ਦੇ ਅੰਕੜੇ ਕਾਫੀ ਹਨ। ਜਦਕਿ ਸਾਲ 2020-21 ਦੇ ਆਰਥਿਕ ਸਰਵੇਖਣ ਮੁਤਾਬਕ 15-29 ਸਾਲ ਦੇ ਉਮਰ ਵਰਗ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 1%, ਜਿਸ ਨੂੰ ਸਰਕਾਰ ਖੁਦ ਵੀ ਚਿੰਤਾਜਨਕ ਮੰਨਦੀ ਹੈ। ਦੂਜੇ ਪਾਸੇ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ ਦੇ ਦਸੰਬਰ 2021 ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਦਰ ਕੁੱਲ ਮਿਲਾ ਕੇ 7.8% ਹੈ। ਇਸੇ ਦੌਰਾਨ ਜੇਕਰ ਮਹਿਲਾਵਾਂ ਅਤੇ ਪੁਰਸ਼ਾਂ ਦੀ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਤਰ ਕਾਫੀ ਜ਼ਿਆਦਾ ਹੈ। ਪੁਰਸ਼ਾਂ ਵਿੱਚ ਬੇਰੁਜ਼ਗਾਰੀ ਦੀ ਦਰ 7.1% ਅਤੇ ਮਹਿਲਾਵਾਂ ਵਿੱਚ 40.4% ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਵਿੱਚ 10 ਸਾਲ ਤੱਕ ਰਾਜ ਕਰਨ ਵਾਲੀ ਅਕਾਲੀ BJP ਸਰਕਾਰ ਨੇ ਜਦੋਂ 2017 ਵਿੱਚ ਸੱਤਾ ਛੱਡੀ ਸੀ ਤਾਂ ਉਸ ਸਮੇਂ ਕੌਮੀ ਬੇਰੁਜ਼ਗਾਰੀ ਦਰ 6.1% ਸੀ, ਜਦਕਿ ਪੰਜਾਬ ਦੀ ਬੇਰੁਜ਼ਗਾਰੀ ਦਰ 7.8% ਸੀ, ਭਾਵ ਕੌਮੀ ਬੇਰੁਜ਼ਗਾਰੀ ਦੀ ਦਰ ਤੋਂ ਕਿਤੇ ਜ਼ਿਆਦਾ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨਾਲ ਹੋਰਨਾਂ ਵਾਅਦਿਆਂ ਦੇ ਨਾਲ ਨਾਲ ਘਰ ਘਰ ਰੋਜ਼ਗਾਰ ਦੇਣ ਦਾ ਨਾਰਾ ਦੇ ਕੇ ਸੱਤਾ ਹਾਸਲ ਕੀਤੀ ਸੀ। ਇਹਨਾਂ 5 ਸਾਲਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਤਾਂ ਬਦਲ ਗਿਆ, ਪਰ ਨਹੀਂ ਬਦਲੇ ਤਾਂ ਉਹ ਸਨ ਵਾਅਦੇ। ਪੰਜਾਬ ਗਵਰਨਮੈਂਟ ਰੋਜ਼ਗਾਰ ਗਰੰਟੀ ਫਾਰ ਯੂਥ ਪ੍ਰਗਤੀ ਨਾਮ ਦੀ ਅਸੀਂ ਸਕੀਮ ਲੈ ਕੇ ਆਏ, ਜਿਹੜੀ ਕਿ ਆਉਣ ਵਾਲੇ ਦਿਨਾਂ 'ਚ
ਪੰਜਾਬ ਦੇ ਰੋਜ਼ਗਾਰ, ਪੰਜਾਬ ਦੇ ਨੌਜਵਾਨ ਨੂੰ ਅੱਗੇ ਵਧਾਉਣ ਦੇ ਵਿੱਚ ਸਰਕਾਰ ਮਦਦ ਕਰੇਗੀ। 10, 10+2 ਤੋਂ ਉੱਪਰ ਦੇ ਜਿਹੜੇ ਸਟੂਡੈਂਟ ਜਿਨ੍ਹਾਂ ਨੂੰ 1 ਸਾਲ ਤੋਂ ਨੌਕਰੀ ਨਹੀਂ ਮਿਲੀ, ਨੌਕਰੀ ਤਲਾਸ਼ 'ਚ ਹੈ, ਉਹਨਾਂ ਵਾਸਤੇ ਸਾਲ ਦੇ ਵਿੱਚ 1 ਲੱਖ ਨੌਕਰੀਆਂ ਸਰਕਾਰ ਕੱਢ ਕੇ ਉਹਨਾਂ ਨੂੰ ਨੌਕਰੀਆਂ ਦੇਵੇਗੀ। ਪੰਜਾਬ ਵਿੱਚ ਵੋਟਾਂ 20 ਫਰਵਰੀ ਨੂੰ ਹਨ, ਜਿਸ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ। ਇਸ ਕਰਕੇ ਰਾਜਸੀ ਪਾਰਟੀਆਂ ਜਿੱਥੇ ਸਰਕਾਰ ਨੂੰ ਰੋਜ਼ਗਾਰ ਦੇ ਮੁੱਦੇ ਉੱਤੇ ਸਵਾਲ ਕਰ ਰਹੀਆਂ ਹਨ, ਉੱਥੇ ਹੀ ਨੌਜਵਾਨਾਂ ਨਾਲ ਨਵੇਂ ਸਿਰੇ ਤੋਂ ਵਾਅਦੇ ਕਰਨ ਵਿੱਚ ਵੀ ਪਿੱਛੇ ਨਹੀਂ ਰਹਿ ਰਹੀਆਂ ਹਨ। ਜਿਹੜੇ ਆਪਣੇ ਬਹੁਤ ਬੱਚੇ ਬੱਚੀਆਂ ਜਿਹੜਾ ਆਪਣਾ ਕੰਮ ਕਰਨਾ ਚਾਹੁੰਦੇ ਹੈ, ਕਿਸੇ ਨੇ ਕੋਈ ਦੁਕਾਨ ਖੋਲ੍ਹਣੀ ਹੈ, ਕਿਸੇ ਆਪਣੀ ਬੇਟੀ ਨੇ ਕੋਈ ਬਿਊਟੀ ਪਾਰਲਰ ਦਾ ਕੰਮ ਕਰਨਾ ਹੈ, ਜਾਂ ਕਿਸੇ ਨੇ ਕੋਈ ਮਕੈਨਿਕ ਬਣਨਾ, ਕੋਈ ਦੁਕਾਨ ਖੋਲ੍ਹਣੀ ਹੈ, ਸੋ ਅਸੀਂ ਮੈਂ ਚਾਹੁੰਦਾ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਾਸਤੇ ਉਹਨਾਂ ਕੋਲ ਪੈਸਾ ਨਹੀਂ ਹੁੰਦਾ। ਪੰਜਾਬ ਕੋਆਪਰੇਟਿਵ ਬੈਂਕ ਤੋਂ ਅਸੀਂ 5 ਲੱਖ ਰੁਪਏ ਦਾ ਲੋਨ ਜਿਹੜਾ ਬੱਚਾ ਬੱਚੀ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦਾ ਹੈ ਉਹਨੂੰ ਦਿੱਤਾ ਜਾਊਗਾ। ਉਹਦਾ ਕੋਈ ਵਿਆਜ ਨਹੀਂ ਲੱਗੂਗਾ 3 ਸਾਲਾਂ ਬਾਅਦ, ਅਤੇ ਉਹਦੇ ਬਾਅਦ 10 ਸਾਲਾਂ ਦੇ ਅੰਦਰ ਉਹ ਪੈਸਾ ਮੋੜ ਸਕਦਾ ਹੈ, ਪਰ ਵਿਆਜ ਨਹੀਂ ਲੱਗੂਗਾ। ਅਸੀਂ ਨੌਕਰੀਆਂ ਇੱਥੇ ਜਨਰੇਟ ਕਰਾਂਗੇ ਆਮ ਆਦਮੀ ਪਾਰਟੀ ਵੱਲੋਂ, ਸਾਡਾ ਰੋਡ ਮੈਪ ਹੈ। ਅਸੀਂ ਜੋਬ ਸੀਕਰਸ ਨਹੀਂ, ਜੋਬ ਪ੍ਰੋਵਾਈਡਰਸ ਬਣਾਵਾਂਗੇ। ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਮੁੱਦੇ ਉੱਤੇ ਉੱਘੇ ਅਰਥਸ਼ਾਸਤਰੀ ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਸੂਬੇ ਵਿੱਚ ਵੱਡੇ ਨਿਵੇਸ਼ ਦੀ ਕਮੀ ਹੈ। ਉਹਨਾਂ ਮੁਤਾਬਕ ਪਿਛਲੇ  3 ਦਹਾਕਿਆਂ ਦੌਰਾਨ ਨਿੱਜੀ ਅਤੇ ਜਨਤਕ ਖੇਤਰ ਵਿੱਚ ਕੋਈ ਵੱਡਾ ਨਿਵੇਸ਼ ਨਹੀਂ ਹੋਇਆ, ਜਿਸ ਦਾ ਸਿੱਧਾ ਅਸਰ ਰੋਜ਼ਗਾਰ ਦੇ ਸਾਧਨਾਂ ਉੱਤੇ ਪਿਆ ਹੈ। ਉਹਨਾਂ ਮੁਤਾਬਕ ਜਦੋਂ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਨੌਕਰੀ ਨਹੀਂ ਮਿਲਦੀ, ਇਸੇ ਕਰਕੇ ਉਹ ਵਿਦੇਸ਼ ਦਾ ਰੁੱਖ ਕਰਨ ਲੱਗੇ ਨੇ। ਸਰਬਜੀਤ ਸਿੰਘ ਧਾਲੀਵਾਲ, BBC ਪੰਜਾਬੀ, ਚੰਡੀਗੜ੍ਹ।